ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਨਵੀਂ ਵੀਡੀਓ 'ਤੇ। ਅਗਰ ਤੁਸੀਂ ਮੇਰਾ ਚੈਨਲ ਪਹਿਲੀ ਵਾਰ ਦੇਖ ਰਹੇ ਹੋ ਤਾਂ ਪਲੀਜ਼ ਸਬਸਕ੍ਰਾਈਬ ਕਰ ਦਿੱਤਾ, ਬੈਲ ਆਈਕਨ ਜ਼ਰੂਰ ਦਬਾਉਣਾ ਸੋ ਕਿ ਮੇਰੀ ਆਉਣ ਵਾਲੀ ਸਾਰੀ ਵੀਡੀਓਜ਼ ਤੁਹਾਨੂੰ ਜਲਦ ਤੋਂ ਜਲਦ ਮਿਲ ਸਕੇ। ਅਤੇ ਅੱਜ ਆਪਾਂ ਫਿਰ ਤੋਂ ਇੱਕ ਨਵੇਂ ਗਾਣੇ 'ਤੇ ਰਿਐਕਸ਼ਨ ਦੇ ਜਾ ਰਹੇ ਹਾਂ। ਗਾਣਾ ਹੈਗਾ ਬਾਈ HR ਮੂਨ ਦਾ। ਜਿਹਨਾਂ ਨੇ ਹੁਣ ਤੱਕ ਗਾਣੇ 'ਤੇ ਪਹਿਲੇ ਰਿਐਕਸ਼ਨ ਨਹੀਂ ਦੇਖੀ, ਪਲੀਜ਼ ਮੇਰੇ ਚੈਨਲ 'ਤੇ ਜਾ ਕੇ ਚੈੱਕ ਕਰ ਸਕਦੇ ਹੋ। ਬੜੇ ਘੈਂਟ ਗਾਣੇ ਬਣਾਉਂਦਾ ਮੁੰਡਾ, ਸੋ ਉਹਦਾ ਨਾਲ ਜਿਜ ਸ਼ਾਨੀ ਹੈਗਾ ਜੋ ਗਾਣੇ ਲਿਖਦਾ, ਸ਼ਾਇਦ ਉਹਨਾਂ ਨੇ ਗਾਣਾ ਵੀ ਗਾਇਆ ਉਹਦੇ ਨਾਲ, ਸੋ ਲਿਰਿਕਸ ਵਗੈਰਾ ਘੈਂਟ ਹੁੰਦੀ ਹੈ ਮੁੰਡੇ ਦੀ। ਸੋ ਪਲੀਜ਼ ਸਪੋਰਟ ਕਰੋ ਮੁੰਡੇ ਨੂੰ। ਅਤੇ ਗਾਣਾ ਨਵਾਂ ਆਇਆ ਦਾ ਸਲੂਟ ਟੂ। ਸੋ ਵਿਦਆਊਟ ਦੇਰੀ ਕਿਤੇ ਪਹਿਲਾਂ ਆਪਾਂ ਗਾਣਾ ਸੁਣਦੇ ਹਾਂ, ਫਿਰ ਗੱਲਬਾਤ ਕਰਦੇ ਹਾਂ ਕਿਹਨੂੰ ਕੀਤਾ ਸਲੂਟ, ਉਹ ਦੇਖ ਕੇ ਪਤਾ ਚੱਲੂਗਾ। ਲੈਟਸ ਸਟਾਰਟ। ਹਾਂ ਆ ਗਿਆ ਯਾਰ। ਹਾਂ ਬੱਲੇ ਮੁੱਛਾ ਸਟਾਈਲ ਘੈਂਟ ਹੈ ਬਾਈ ਦਾ। ਟੈਲੈਂਟ ਹੈ ਯਾਰ ਬੰਦੇ ਦੇ। ਆਵਾਜ਼ ਬੜੀ ਡਿਫਰੈਂਟ ਲੱਗ ਰਹੀ ਇਸ ਵਾਰੀ। ਆ ਗਿਆ ਜੱਜ ਸ਼ਾਨੀ। ਪਿਆਰਾ ਤਾਂ ਪੱਪੀ ਆ ਗਿਆ ਜੀ। ਰੱਖ ਬਾਈ ਆਹ ਤਾਂ ਅਸੀਂ ਗਾਣਾ। ਸੋ ਮੈਂ ਸਾਰੀ ਗੱਲਾਂ ਕਰਦਾ ਜਾਣਾ ਇਸ ਗਾਣੇ ਦੇ ਬਾਰੇ। ਸਭ ਤੋਂ ਪਹਿਲੇ ਗੱਲ ਕਰਦਾ ਆਵਾਜ਼ ਦੀ, ਆਵਾਜ਼ ਟੋਟਲੀ ਡਿਫਰੈਂਟ ਹੈ ਇਸ ਗਾਣੇ 'ਚ HR ਮੂਨ ਦੀ। ਲਾਈਕ ਮੈਂ ਕਹਿੰਦਾ ਪਹਿਲੇ ਨਾਲੋਂ ਬਹੁਤ ਜ਼ਿਆਦਾ ਇੰਪਰੂਵ ਕੀਤਾ ਬਾਈ ਨੇ ਗਾਣੇ ਦੇ ਵਿੱਚ। ਸੋ ਦਮ ਸੀ ਆਵਾਜ਼ 'ਚ, ਕੋਈ ਲਾਈਕ ਇੱਦਾਂ ਲੱਗਾ ਉੱਪਰ ਥੱਲੇ ਆਵਾਜ਼ ਹੋਈ ਹੈ। ਗਾਣੇ ਦੇ ਹਿਸਾਬ ਨਾਲ ਪੂਰਾ ਘੈਂਟ ਸੀਗਾ। ਲੋਕੇਸ਼ਨ ਬਾਈ ਡੰਪ ਟਰੱਕ, ਪਿੱਛੇ ਟਰੈਕਟਰ ਟਰਾਲੀ ਸਭ ਚੱਲਦਾ ਸੀ, ਟ੍ਰੇਨ ਸਭ ਚੱਲਦੀ ਸੀ, ਉਹ ਵੀ ਠੀਕ ਸੀਗਾ। ਚਸ਼ਮੇ ਘੈਂਟ ਸੀ ਬਾਈ ਦੇ, ਜਜ ਸ਼ਾਨੀ ਦੀ ਲਿਖਤ ਸੀ ਤਾਂ ਉਹ ਵੀ ਘੈਂਟ ਸੀ। ਦੋ ਬਾਈਆਂ ਦਾ ਜਿਹੜਾ ਕੰਬੀਨੇਸ਼ਨ ਆਇਆ ਵਿੱਚ ਲੱਤ ਚੱਕ ਕੇ ਦੋਨੋਂ ਮੈਚ ਕਰਨਾ, ਲੱਗਾ ਘੈਂਟ ਲੱਗਾ। ਵੀਡੀਓ ਵੀ ਕਾਫੀ ਇੰਪਰੂਵ ਕੀਤੀ ਆ ਤੇ, ਪਰ ਗਾਣਾ ਮੈਨੂੰ ਬਹੁਤ ਪਿਆਰਾ ਲੱਗਾ। ਟਰਸਟ ਮੀ, ਵਿਦਆਊਟ ਐਨੀ ਲਾਈਕ ਮੈਂ ਕਿੱਦਾਂ ਉਹ ਨੇ ਹਵਾ 'ਚ ਨਹੀਂ ਗੱਲ ਕਰ ਰਿਹਾ, ਇਹ ਗੱਲ ਸੀਰੀਅਸਲੀ, ਗਾਣਾ ਬਹੁਤ ਪਿਆਰਾ ਹੈ। ਪਤਾ ਨਹੀਂ ਇੰਨਾ ਅੰਡਰ ਰੇਟਡ ਕਾਹਤੋਂ ਹੈ, ਕਿਉਂਕਿ ਆਈ ਥਿੰਕ ਟਿਕਟੋਕ 'ਤੇ ਜ਼ਿਆਦਾ ਤੋਂ ਜ਼ਿਆਦਾ ਇਹਦੀ ਵੀਡੀਓ ਵਗੈਰਾ ਹੋਵੇ ਤਾਂ ਵਾਇਰਲ ਵਗੈਰਾ ਕਰ ਸਕਦੇ ਹੋ ਤੁਸੀਂ ਮੇਰੇ ਖਿਆਲ 'ਤੇ। ਅਤੇ ਅਦਰਵਾਈਜ਼ ਗਾਣੇ 'ਚ ਯਾਰ ਕੋਈ ਕਮੀ ਤਾਂ ਮੈਨੂੰ ਲੱਗੀ ਨਹੀਂ ਹੈ। ਹੋਰ ਕੀ ਕਹਿ ਸਕਦਾ ਮੈਂ, ਗੱਡੀ 'ਚ ਵੱਜਣ ਵਾਲਾ ਗਾਣਾ ਯਾਰ, ਜ਼ੋਰ ਦੇ ਧਮਕ ਨਾਲ ਵੱਜੇਗਾ, ਬੇਸ ਨਾਲ ਵੱਜੇਗਾ, ਬੀਟ ਵੱਜੂਗੀ ਗਾਣੇ 'ਚ। ਸੋ ਆਈ ਜੀ ਮੇਰੀ ਰਿਐਕਸ਼ਨ ਚੰਗੀ ਲੱਗੀ ਤਾਂ ਪਲੀਜ਼ ਲਾਈਕ ਕਰਕੇ ਜਾਣਾ ਅਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਅਗਲੇ ਕਿਹੜੇ ਗਾਣੇ 'ਤੇ ਰਿਐਕਸ਼ਨ ਦਈਏ ਅਤੇ ਇਹਨਾਂ ਦਾ ਗਾਣਾ ਲਾਜ਼ਮੀ ਜਾ ਕੇ ਸੁਣੋ। ਅਤੇ ਅੰਤ 'ਚ ਸਾਰਿਆਂ ਨੂੰ ਈਦ ਮੁਬਾਰਕ ਬਾਈ, ਜਿਹੜੇ ਥਰੂ ਆਊਟ ਦੇ ਵਰਲਡ ਜਿੱਥੋਂ ਵੀ ਮੈਨੂੰ ਦੇਖ ਰਹੇ ਹੋ, ਵੀਡੀਓ ਮੇਰੀ ਲੇਟ ਆਈ ਹੈ, ਸੋ ਈਦ ਮੁਬਾਰਕ ਸਾਰਿਆਂ ਨੂੰ। ਅਤੇ ਰੱਬ ਸਾਰਿਆਂ ਨੂੰ ਖੁਸ਼ ਰੱਖੇ, ਤਰੱਕੀ ਬਖਸ਼ੋ, ਸਾਰੇ ਤਰੱਕੀ ਖੁਸ਼ ਰਹੋ।
ਤੇ ਆਬਾਦ ਰਹੋ, ਤਰੱਕੀਆਂ ਕਰੋ, ਜਿਉਂਦੇ ਵਸਦੇ ਰਹੋ ਸਾਰੇ।